आजा शाम होने आई। फोन का के देखा मौसम बढ़िया हो रहा है। अब मैं कह रहा थी मैं चैर करने जा रहा हूं। आई है आए थे यार नाले तक। अच्छा अच्छा मैं जावा। आ रही है अच्छा। One eternity later. पापा जी कितने जा रहे हो? मैं आ रहा जरा पेंशन नु मिलन जा रहे हैं। पेंशन नु मिलन? नहीं मिलन नहीं लेन जा रहे हैं। तू बह जा आ रहा हूं। तू से जरा बैठो मैं कमेटी वाली को जाना कमेटी दा पता कर। तेरी कमेटी भी पता कर दंगा। तू बैठ इत्ते चाय पी। अनुपमा दा टाइम हो रहा है। मेरा बहुत जरूरी काम है। ए फालतू फिरदे रहंदे हो तुसी यार। तू फालतू मैं कोई पुटांगा फालतू पिटा रहा के काम हुंदा जरूरी। हां मैं पता कर आऊंगी। ओ बह जा। मैं कह रहा अनुपमा देख ला अनुपमा दा हाल चाल पूछ ला। कोई तीसरा छोटा ब्याह करा ले उन्हें। आ रहा मैं। एमी फ्री जा रहे हैं फालतू दा। ही फिरूं इन हवाओं में कहीं क्या मैं झूल जाऊं इन गताओं में कहीं। और तेरी पैंद की चुभ गया। ज्यादा अच्छी आ रही है तेरे को। हाँ आजा चाम ओने आई मोचम ने ली अंगड़ाई तो किच बात की है लड़ाई। ओ मेनू कहंदी सी तू चल मैं ओ माई अवे तेरे प्यो दा अंडर पास है। कितने जा रहे हैं? ओ पापा जी तमीज ना गल करो। तमीज ना गल करा चाले तेरे नाल मिलनी करा। इत्थे की कर रहे हैं? ओ तुसी इत्थे की कर रहे हो? मैं इत्थे मैं ब्याह ते आया माई अवे टेंट लगा। तमीज है या नहीं है? पागल होगी। पागल अपने तो बदे बजूंग पागल कहना। पागल कहना चाले इतने स्कूटी चिख रहा है। लूडो खेलन की उम्र तू स्कूटी सीखेगा चाले। दिमाग तेरे तो स्टैंड लगता नहीं है। दिमाग खराब किया। कौन है ਤੁਸੀਂ ਜਾਣਦੇ ਹੋ? ਕੌਣ ਹੈ ਤੂੰ? ਤੂੰ ਮਨਮੋਹਨ ਸਿੰਘ ਹੈ। ਮੇਰਾ ਮਾਮਾ ਇੱਥੇ ਰਹਿੰਦਾ ਹੈ। ਮਾਮਾ ਇੱਥੇ ਰਹਿੰਦਾ ਕੀ ਕਰਦਾ ਤੇਰਾ ਮਾਮਾ? ਮੇਰਾ ਮਾਮਾ ਡੀਸੀ ਹੈ। ਤੇਰਾ ਮਾਮਾ ਡੀਸੀ ਹੈ ਮੇਰੇ ਘਰ ਏਸੀ ਹੈ। ਮਾਮਾ ਬੁੱਢੇ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ। ਬੁੱਢਾ ਕਹਿ ਰਿਹਾ? ਬੁੱਢਾ ਕਿਹਨੂੰ ਕਹਿ ਰਿਹਾ? ਮੈਂ ਹੁਣੇ ਮਾਮੇ ਨੂੰ ਮੈਂ ਹੁਣੇ ਬੁਲਾਵਾਂ ਮਾਮੇ ਨੂੰ ਫੋਨ ਕਰਕੇ। ਬਕਵਾਸ ਨਹੀਂ ਕਰੇਂਗਾ। ਥੱਲੇ ਕਰੋ ਐ ਥੱਲੇ ਕਰੋ। ਪਹਿਲੇ ਤਮੀਜ਼ ਨਾ ਬੋਲ। ਨਹੀਂ ਨਹੀਂ ਮੈਂ ਤੈਨੂੰ ਥੱਲੇ ਕਰੋ। ਤਮੀਜ਼ ਨਾ ਬੋਲ। ਹੁਣੇ ਪਾਪੇ ਨੂੰ ਫੋਨ ਕਰ। ਤਮੀਜ਼ ਨਾ ਬੋਲ। ਸ਼ਰਮ ਹੀ ਨਹੀਂ ਹੈ? ਸ਼ਰਮ ਨਹੀਂ ਮੈਂ ਤੇ ਨੰਗਾ ਆ ਗਿਆ। ਸ਼ਰਮ ਨਹੀਂ ਹੈ ਚਾਲਿਆ। ਬਜ਼ੁਰਗਾਂ ਦੀ ਇੱਕ ਜਗ੍ਹਾ ਹੁੰਦੀ ਹੈ ਚੜਕ ਤੇ ਚੈਰ ਕਰ। ਤੂੰ ਇੱਥੇ ਸਕੂਟੀ ਲੈ ਕੇ ਵਿੱਚ ਵੜ ਗਿਆ। ਤੈਨੂੰ ਪਤਾ ਮੇਰੀ ਛੱਤ ਲੱਗ ਗਈ। ਕੀ ਕਰੇਗਾ? ਹੱਡੀ ਟੁੱਟ ਜਾਏਗੀ। ਇੱਥੇ ਆ ਤੂੰ ਮਾਮੇ ਨੂੰ ਫੋਨ ਕਰ। ਮਾਮੇ ਨੂੰ ਫੋਨ ਬਾਅਦ ਚ ਕਰੀ। ਮੈਂ ਜਾਗ ਗਿਆ ਪਹਿਲੇ ਨੂੰ। ਡਬਲ ਸਟੈਂਡ ਤੇ ਲਾ ਲਾ ਭੈਣ ਜਲਦੀ ਲਾ। ਤੇ ਤੋ ਡਬਲ ਸਟੈਂਡ ਨਹੀਂ ਲੱਗਣਾ ਮਾਈ ਹੋ। ਜਲਦੀ ਲਾ ਲਾ ਇਹਨੂੰ ਸਟੈਂਡ ਤੇ। ਹਾਂ ਲਾ ਕੇ ਦਿਖਾ। ਹਾਂ ਐ ਮਾ ਤੇਰੀ ਜਲਦੀ ਲਾ। ਓ ਇਹਨੂੰ ਪੜ ਮਾਈ ਜਿਵੇਂ ਮੈਂ ਲਾਵਾਂ ਪੜ ਇਹਨੂੰ। ਅੱਜ ਤੇਰੇ ਬੱਜ ਨਹੀਂ ਹੈ। ਆ ਆ ਹੁਣ ਕਰ ਲਾ ਆਪਣੇ ਮਾਮੇ ਚਾਚੇ ਫੁੱਫੜ ਨੂੰ ਫੋਨ। ਆ ਜਲਦੀ ਕਰ। ਆ ਮਾਈ ਆਵਾ ਬਜ਼ੁਰਗਾਂ ਦੀ ਇੱਜ਼ਤ ਹੀ ਕੋਈ ਨਹੀਂ ਹੈ। ਇੱਥੇ ਆ ਜਾ ਮਾਈ ਜਿਵੇਂ ਫਰੇਮ 'ਚ ਆ ਜਾ ਫਰੇਮ 'ਚ। ਆ ਇੱਥੇ ਬਾਹਰ ਘੁੰਮ ਰਿਹਾ। ਆ ਹੈਲੋ ਮਾਮੇ ਨੂੰ ਫੋਨ ਕਰ ਰਿਹਾ ਨਾ। ਹਾਂ ਮਾਮੀ ਹੈ। ਹਾਂ ਮਾਮੀ ਨੂੰ ਵੀ ਬੁਲਾ ਲਾ ਜਾ। ਉਹ ਤਮੀਜ਼ ਨਾਲ ਗੱਲ ਕਰ ਲਓ। ਮੈਂ ਕਹਿ ਰਿਹਾ ਗੱਲ ਮਾਜੀ ਇੱਜ਼ਤ ਹੁੰਦੀ ਹੈ ਜਨਾਨੀਆਂ ਦੀ ਇੱਜ਼ਤ ਹੁੰਦੀ ਹੈ। ਉਹਨੂੰ ਬੁਲਾ ਲਾ ਬੁਲਾ ਲਾ ਮਾਮਾ ਜੀ। ਹਾਂ ਆ ਮੇਰੀ ਗੱਲ ਸੁਣੋ ਮਾਮਾ ਜੀ। ਇੱਥੇ ਸਕੂਟੀ ਸਿੱਖਣ ਆਇਆ ਸੀਗਾ। ਹਾਂ ਹੈ ਇਹ ਦੇਖੋ ਇਹ ਬਜ਼ੁਰਗ ਦਾ ਬੰਦਾ ਹੈ। ਇਹ ਪਾਗਲ ਦਾ ਬੰਦਾ ਦਿਮਾਗ ਖਰਾਬ ਹੈ ਇਹਦਾ। ਪਾਗਲ ਕਹਿੰਦਾ ਤੇਰੀ ਭੈਣ ਨੂੰ ਹੀ ਆ ਦਵਾ। ਗੱਲ ਕਰਵਾ। ਹੈਲੋ ਹਾਂ ਹੁਣ ਤੈਨੂੰ ਪਤਾ ਲੱਗੇਗਾ। ਗੱਲ ਕਰ ਕਰ ਗੱਲ। ਮਾਮੀ ਨਹੀਂ ਹੈ ਮਾਮਾ। ਅੱਛਾ ਆ ਭਾਈ ਆ ਹੈਲੋ ਅਮੀ ਕੀ ਨਾਮ ਹੈ ਤੇਰਾ? ਚਤਵੰਤ। ਚਾਨਣਾ ਰਹਿੰਦਾ ਗੁਰਦੁਆਰੇ ਦੇ ਸਾਹਮਣੇ ਤੇਰਾ ਘਰ ਹੈ। ਦੇਖਿਆ ਮਾਂ ਜਿਵੇਂ ਮੇਰਾ ਦੋਸਤ ਹੈ ਤੇਰੀ ਭੈਣ ਨੂੰ ਯਾਦ ਆ। ਆ ਮੈਂ ਚਮਚ ਗਿਆ ਚਾਲਿਆ ਤੇਰਾ ਪੰਜ ਆਇਆ ਚਾਲਿਆ ਜਿੱਦਾਂ ਦਾ ਤੂੰ ਉਦਾਂ ਤੇਰਾ ਪੰਜ। ਚੱਲ ਚਾਲੇ ਪੈਂਚਰ ਲੈਣ ਆਈ ਮੇਰੇ ਨਾਲ ਤੂੰ ਚੱਲੀ ਤੇਰੀ ਐਚਾ ਜੀ ਘਰ ਪਰ ਓਏ ਤੇਰੀ ਭੈਣ ਨੂੰ ਯਾਦ ਆ। ਚੱਲ ਮੈਨੂੰ ਕੱਟ ਜਾ ਚੱਲ। ਆ ਆਇਆ ਵੱਡਾ ਤੇਰੇ ਤੋਂ ਕੁੱਤੀ ਚੱਲਣੀ ਵੀ ਹੈ। ਉਹ ਤੇਰੇ ਪੈਰ ਨਹੀਂ ਨੀਚੇ ਲੱਗ ਰਹੇ ਪਿੱਛੇ ਹੋ ਪਿੱਛੇ ਮਾਂ ਹੀ ਆਵਾ ਪਰ ਇਹਨੂੰ। ਆ ਆ ਕੁੱਤੀ ਚਲਾਏਗਾ। ਬੈਠ ਗਿਆ ਪੈਰ ਤੇ ਨੀਚੇ ਲੱਗ ਨਹੀਂ ਰਹੀ ਤੇਰੇ ਮੇਰੇ ਪੈਰਾਂ ਨੂੰ ਰੋਈ ਜਾਂਦੇ ਹੋ। ਚੁੱਪ ਕਰਕੇ ਬਹਿ ਜਾ। ਚੱਲ ਘਰ ਚੱਲ ਤੇਰੀ ਮਾਮੀ ਨੂੰ ਮਿਲਦਾ। ਚੱਲ ਚੱਲ ਆ ਜਾ। What?
ਵਿੱਚ ਮੁੰਡਾ ਬਦਨਾਮ ਹੋ ਗਿਆ ਘਰ ਵਿੱਚ ਮੁੰਡਾ ਬਦਨਾਮ ਹੋ ਗਿਆ ਘਰ ਵਿੱਚ ਮੁੰਡਾ ਬਦਨਾਮ ਹੋ ਗਿਆ।